ਅੱਜ ਆਪਾਂ ਪਿੰਡ ਸਾਧੋ ਏੜੀ ਆਏਂਗੇ ਅਤੇ ਇੱਥੇ ਆਪਾਂ ਇੱਕ ਮਸ਼ਹੂਰ ਤੂੰਬੀ ਦੇ ਵਾਦਕ ਰਮਤਾ ਜੀ ਨੂੰ ਮਿਲਣ ਆਇਆਂਗੇ ਅਤੇ ਆਪਾਂ ਅੱਜ ਇਹਨਾਂ ਦੇ ਨਾਲ ਦੋ ਕੁ ਚੰਦ ਕੁ ਗੱਲਾਂ ਇਹਨਾਂ ਦੇ ਨਾਲ ਕਰ ਦਿਆਂਗੇ ਸਾਂਝੀਆਂ ਜੋ ਵੀ ਇਹਨਾਂ ਨੇ ਨੇਗੇ। ਹਾਂਜੀ ਇੱਧਰ ਕਰੋ, ਇਹ ਨੇ ਜੀ ਰਮਤਾ ਜੀ। ਹਾਂਜੀ ਕੀ ਨਾਮ ਹੈ ਬਾਪੂ ਜੀ ਆਪਣਾ? ਨਾਮ ਤਾਂ ਬਈ ਸ਼੍ਰੀ ਗੁਰਬਖਸ਼ ਸਿੰਘ ਰਮਤਾ ਜੀ। ਠੀਕ ਹੈ ਜੀ। ਇਹ ਤੁਸੀਂ ਤੂੰਬੀ ਹੈ ਸਾਧੋ ਏੜੀ ਵੀ ਸ਼ੇਰਾ? ਠੀਕ ਹੈ ਜੀ। ਇਹ ਆਪਾਂ ਨੂੰ ਕਿੰਨੇ ਕੁ ਸਾਲ ਹੋ ਗਏ ਜੀ ਤੂੰਬੀ ਵਜਾਉਂਦਿਆਂ ਨੂੰ? ਕੋਈ 55 ਕੁ ਸਾਲ ਹੋ ਗਏ ਜੀ। ਅੱਛਾ, ਇਹ ਤੁਸੀਂ ਆਪ ਤਿਆਰ ਵੀ ਆਪ ਕਰਦੇ ਹੋਗੇ? ਜੀ ਸਰ, ਹਾਂ ਅਤੇ ਤਿਆਰ ਵੀ ਕਰਦੇ ਹਾਂ ਅਤੇ ਵੰਡਦੇ। ਹਾਂਜੀ ਉਸਤਾਦ ਸ਼੍ਰੀ ਚਾਂਦੀ ਰਾਮ ਜੀ। ਠੀਕ ਹੈ ਜੀ। ਯਮਲਾ ਜੀ। ਹਾਂਜੀ। ਗੁਰਦਿਆਲ ਨਿਰਮਾਣ, ਕਰਮਜੀਤ ਧੂਰੀ, ਕੇਵਲ ਜਲਾਲ, ਕਰਨੈਲ ਗਿੱਲ, ਬਲਦੇਵ ਧਾਲੀਵਾਲ, ਲੱਖੀ ਬੰਜਾਰਾ, ਭੂਰੀ ਪਤੰਗਾ, ਗੁਰਚਰਨ ਸਾਗਰ ਜੀ ਨਾਲ ਵੀ। ਅੱਛਾ ਜੀ, ਮੈਨੂੰ ਮੌਕਾ ਮਿਲਿਆ ਜੀ। ਇਹ ਇੰਨੇ ਕਲਾਕਾਰਾਂ ਦੇ ਨਾਲ ਅੱਜ ਤੱਕ ਤੁਸੀਂ ਬਜਾ? ਅਜੇ ਹੋਰ ਵੀ ਬਥੇਰੇ ਗੁਰਮੁਖ ਪਿਆਰੇ ਰਮਤਾ ਜੀ ਨੂੰ ਤੋੜਦੇ ਰਹਿੰਦੇ ਨੇ। ਠੀਕ ਹੈ ਬਾਪੂ ਜੀ। ਇਹ ਕਿਰਪਾ ਮੇਰੇ ਗੁਰੂ ਉਸਤਾਦ ਸਨ ਹਰਚੰਦ ਸਿੰਘ ਜਾਂਗਪੁਰੀ, ਜਿਨ੍ਹਾਂ ਨੇ ਇਹ ਤੂੰਬੀ ਦੀ ਕਾਢ ਕੱਢੀ ਹੈ, ਜਿਹਨੂੰ 1400 ਸੁਰ ਲਾਏ ਨੇ ਉਹਨਾਂ ਨੇ। ਠੀਕ ਹੈ ਜੀ। ਅਤੇ ਰੱਬ ਦੀ ਰਹਿਮਤ ਨਾਲ ਮਾਂ ਦੀ ਸਮਝ ਅਨੁਸਾਰ ਸਰਸਵਤੀ ਮਾਂ ਨੇ ਪ੍ਰੂਫ ਦਿਖਾਇਆ, ਐਂ ਬਣਾਓ ਅਤੇ ਐਂ ਵਜਾਓ। 16 ਕਲਾਂ ਸਮਰੱਥ ਕਰਤੀ, ਫਿੰਗਰਾਂ 5 ਨੇ, ਸਵਰ 16 ਲੱਗੇ ਨੇ। ਠੀਕ ਹੈ। ਹਾਰਮੀ ਕਲਾ ਇਹ ਹੈ ਕਿ ਇੱਕ ਆ ਕੜਾ ਹੈ। ਠੀਕ ਹੈ। ਜੇ ਪਹਿਲੇ ਘਰ ਨੂੰ ਰੋਕਦੀ ਹੈ ਤਾਂ ਟੋਡੀ ਰਾਗ ਵੱਜਣਗੇ, ਦੂਜਾ ਘਰ ਬੰਦ ਕਰਤਾ ਤਾਂ ਉੱਥੇ ਭਾਈ ਭੈਰਵੀ ਰਾਗ ਹਾਜ਼ਰ ਨੇ, ਇਹਨੂੰ ਉਤਾਰ ਦਿੰਦੇ ਹਾਂ ਤਾਂ ਸ਼ੁੱਧ ਸਾਰੰਗ ਹੈ। ਇਹ ਤੁਸੀਂ ਅੱਜ ਤੱਕ ਕਿਸੇ ਹੋਰ ਕਲਾਕਾਰ ਦੀ ਕਿਹੜੇ ਕਿਹੜੇ ਕਲਾਕਾਰ ਦੀਆਂ ਤਰਜ਼ਾਂ ਤੁਸੀਂ ਇਹਦੇ ਨਾਲ ਵਜਾ ਸਕਦੇ ਹੋਗੇ, ਪਲੇ ਕਰ ਸਕਦੇ ਹੋ? ਆਲ ਵਰਲਡ ਦੇ ਜਿੰਨੇ ਵੀ ਕਲਾਕਾਰ ਨੇ, ਮੈਂ ਹਿੰਦੀ ਪੰਜਾਬੀ ਉਰਦੂ ਸਾਰੇ ਇਕੱਠੇ ਕਰ ਲੈਂਦਾ। ਅੱਛਾ, ਇੱਕ ਦੋ ਵਜਾ ਕੇ ਕਿਸੇ ਦੇ ਨਾਲ ਕੋਈ ਪਲੇ ਕਰਕੇ? ਲਓ ਸਰ ਜੀ, ਮੈਂ ਤੁਹਾਨੂੰ ਪਹਿਲੀਆਂ 'ਚ ਸਦੀਕ ਸਾਹਿਬ ਦੇ ਦਰਸ਼ਨ ਕਰਾਉਣਾ। ਠੀਕ ਹੈ ਜੀ। ਮਿੱਤਰਾਂ ਨੇ ਢਾਬਾ। ਠੀਕ ਹੈ ਜੀ। ਚਿੱਠੀ ਭਾਵੇਂ ਨਾ ਜਵਾਨ ਵਿੱਚੋਂ ਬੋਲੀ, ਲੱਖਾਂ ਕੋਹਤ ਜਾ ਕੇ ਦੁੱਖ ਬੋਲੀ, ਮੈਂ ਸੀਨੇ 'ਚ ਮੁਹੱਬਤਾਂ ਦੀ ਘੋਲ ਵੀ। ਚਿੱਠੀ ਵਾਲੀ ਗੱਲਬਾਤ ਹੁੰਦੀ ਅੱਧੀ ਉਮਰ, ਪਰ ਚਿੱਠੀ ਤਾਂ ਹੀ ਮਿੱਟਣ ਜਵਾਈਆਂ, ਚਿੱਠੀਆਂ ਸਹਿਬਾ ਜੱਟੀ ਨੇ। ਇੱਕ ਅਗਲੀ ਗੱਲ ਸੁਣੋ ਜੀ, ਪੁੱਤ ਕਰਨ ਦੇਵ ਸੁਣੋ ਜੀ।